ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ। ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਤੇ ਅੱਗੇ ਵਧੀ ਜਾਂਦਾ ਲਾਲਚ ਔਰ ਦਬਾਅ ਦੇ ਅੱਗੇ। ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਲੇ ਉਹਨਾਂ ਨੂੰ ਦੇਸ਼ ਭਗਤ ਦੱਸ ਰਹੇ ਸੀ, ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਹੈ, ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਹੈ। ਜਿਹਨੇ ਗਰਦਾਰੀਆਂ ਕਰਨੀਆਂ ਉਹ ਵਾਰ ਵਾਰ ਕਰਦਾ ਹੈ, ਲੇਕਿਨ ਆਪਣੇ ਆਪ ਨੂੰ ਸਾਫ ਸੁਥਰਾ ਔਰ ਅਕਸ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਬਦਨਾਮੀ ਤਾਂ ਇੱਕ ਮਿੰਟ 'ਚ ਖੱਟ ਲਓ, ਚਾਹੇ ਇਹਨਾਂ ਨੇ ਵਾਰ ਵਾਰ ਬਦਨਾਮੀ ਖੱਟੀ ਹੈ ਅਤੇ ਲੋਕਾਂ ਤੋਂ ਮੋਹ ਭੰਗ ਹੋ ਗਿਆ ਇਹਨਾਂ ਦਾ। ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ 'ਚੋਂ ਉਮੀਦਵਾਰ ਲੱਭਦੀ ਹੈ, ਜਦ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ 'ਚ ਬਹੁਤ ਵਧੀਆ ਸਾਫ ਸੁਥਰਾ ਕਰ ਲੈਂਦੇ, ਕਹਿੰਦੇ ਬਹੁਤ ਵਧੀਆ ਬੰਦਾ। ਜਦ ਇਹਨਾਂ 'ਚੋਂ ਜਾਂਦਾ ਫਿਰ ਇਹ ਜਲੂਸ ਕੱਢਦੇ ਹੈ, ਫਿਰ ਉਹਦੇ ਘਰ ਮੂਹਰੇ ਧਰਨੇ ਦਿੰਦੇ ਹੈ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਹੈ ਬਈ, ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ 'ਚ ਜਿਹੜਾ ਕਿਸੇ ਹੋਰ ਪਾਸੇ ਤੇ ਨਹੀਂ ਆਇਆ ਵਾ। ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ। ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਤੇ ਅੱਗੇ ਵਧੀ ਜਾਂਦਾ ਲਾਲਚ ਔਰ ਦਬਾਅ ਦੇ ਅੱਗੇ। ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਲੇ ਉਹਨਾਂ ਨੂੰ ਦੇਸ਼ ਭਗਤ ਦੱਸ ਰਹੇ ਸੀ, ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਹੈ, ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਹੈ। ਜਿਹਨੇ ਗਰਦਾਰੀਆਂ ਕਰਨੀਆਂ ਉਹ ਵਾਰ ਵਾਰ ਕਰਦਾ ਹੈ, ਲੇਕਿਨ ਆਪਣੇ ਆਪ ਨੂੰ ਸਾਫ ਸੁਥਰਾ ਔਰ ਅਕਸ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਬਦਨਾਮੀ ਤਾਂ ਇੱਕ ਮਿੰਟ 'ਚ ਖੱਟ ਲਓ, ਚਾਹੇ ਇਹਨਾਂ ਨੇ ਵਾਰ ਵਾਰ ਬਦਨਾਮੀ ਖੱਟੀ ਹੈ ਅਤੇ ਲੋਕਾਂ ਤੋਂ ਮੋਹ ਭੰਗ ਹੋ ਗਿਆ ਇਹਨਾਂ ਦਾ। ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ 'ਚੋਂ ਉਮੀਦਵਾਰ ਲੱਭਦੀ ਹੈ, ਜਦ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ 'ਚ ਬਹੁਤ ਵਧੀਆ ਸਾਫ ਸੁਥਰਾ ਕਰ ਲੈਂਦੇ, ਕਹਿੰਦੇ ਬਹੁਤ ਵਧੀਆ ਬੰਦਾ। ਜਦ ਇਹਨਾਂ 'ਚੋਂ ਜਾਂਦਾ ਫਿਰ ਇਹ ਜਲੂਸ ਕੱਢਦੇ ਹੈ, ਫਿਰ ਉਹਦੇ ਘਰ ਮੂਹਰੇ ਧਰਨੇ ਦਿੰਦੇ ਹੈ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਹੈ ਬਈ, ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ 'ਚ ਜਿਹੜਾ ਕਿਸੇ ਹੋਰ ਪਾਸੇ ਤੇ ਨਹੀਂ ਆਇਆ ਵਾ। ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ। ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਤੇ ਅੱਗੇ ਵਧੀ ਜਾਂਦਾ ਲਾਲਚ ਔਰ ਦਬਾਅ ਦੇ ਅੱਗੇ। ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਲੇ ਉਹਨਾਂ ਨੂੰ ਦੇਸ਼ ਭਗਤ ਦੱਸ ਰਹੇ ਸੀ, ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਹੈ, ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਹੈ। ਜਿਹਨੇ ਗਰਦਾਰੀਆਂ ਕਰਨੀਆਂ ਉਹ ਵਾਰ ਵਾਰ ਕਰਦਾ ਹੈ, ਲੇਕਿਨ ਆਪਣੇ ਆਪ ਨੂੰ ਸਾਫ ਸੁਥਰਾ ਔਰ ਅਕਸ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਬਦਨਾਮੀ ਤਾਂ ਇੱਕ ਮਿੰਟ 'ਚ ਖੱਟ ਲਓ, ਚਾਹੇ ਇਹਨਾਂ ਨੇ ਵਾਰ ਵਾਰ ਬਦਨਾਮੀ ਖੱਟੀ ਹੈ ਅਤੇ ਲੋਕਾਂ ਤੋਂ ਮੋਹ ਭੰਗ ਹੋ ਗਿਆ ਇਹਨਾਂ ਦਾ। ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ 'ਚੋਂ ਉਮੀਦਵਾਰ ਲੱਭਦੀ ਹੈ, ਜਦ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ 'ਚ ਬਹੁਤ ਵਧੀਆ ਸਾਫ ਸੁਥਰਾ ਕਰ ਲੈਂਦੇ, ਕਹਿੰਦੇ ਬਹੁਤ ਵਧੀਆ ਬੰਦਾ। ਜਦ ਇਹਨਾਂ 'ਚੋਂ ਜਾਂਦਾ ਫਿਰ ਇਹ ਜਲੂਸ ਕੱਢਦੇ ਹੈ, ਫਿਰ ਉਹਦੇ ਘਰ ਮੂਹਰੇ ਧਰਨੇ ਦਿੰਦੇ ਹੈ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਹੈ ਬਈ, ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ 'ਚ ਜਿਹੜਾ ਕਿਸੇ ਹੋਰ ਪਾਸੇ ਤੇ ਨਹੀਂ ਆਇਆ ਵਾ।